ਵਿਦਿਆਰਥੀਓ ਇਸ ਹਫਤੇ ਅਸੀਂ ਲਿੰਗ ਪੁਲਿੰਗ ਸ਼ਬਦ ਵਿਚਾਰਾਂਗੇ ਇਹ ਸਾਰੇ ਸ਼ਬਦ ਤੁਹਾਡੀ ਵਿਆਕਰਨ ਪੁਸਤਕ ਵਿੱਚ ਦਰਜ ਹਨ ਉਹਨਾਂ ਦੇ ਨਿਯਮ ਤੁਸੀਂ ਆਪਣੀ ਪਾਠ ਪੁਸਤਕ ਵਿੱਚੋਂ ਪੜ੍ਹਨੇ ਹਨ ਇਹਨਾਂ ਸ਼ਬਦਾਂ ਦਾ ਉਚਾਰਣ ਅਸੀਂ ਅੱਜ ਵੀਡੀਓ ਰਾਹੀਂ ਉਚਾਰਾਂਗੇ ਜਿਵੇਂ ਹਿਰਨ ਹਿਰਨੀ ਤਰਖਾਣ ਤਰਖਾਣੀ ਪਠਾਨ ਪਠਾਣੀ ਨਾਣੇ ਔਰ ਨੰਨੇ ਦਾ ਧਿਆਨ ਰੱਖਣਾ ਹੈ ਸੁਨਿਆਰ ਸੁਨਿਆਰੀ ਬਗਿਆੜ ਬਗਿਆੜੀ ਪਹਾੜ ਪਹਾੜੀ ਭਗਤ ਭਗਤਣੀ ਰਾਗ ਰਾਗਣੀ ਊਠ ਊਠਣੀ ਸੰਤ ਸੰਤਣੀ ਰਾਜਪੂਤ ਰਾਜਪੂਤਣੀ ਕੁੜਮ ਕੁੜਮਣੀ ਤੁਸੀਂ ਨੰਨੇ ਔਰ ਨਾਣੇ ਦਾ ਖਾਸ ਧਿਆਨ ਰੱਖਣਾ ਹੈ ਸ਼ੇਰ ਸ਼ੇਰਨੀ ਹੁਣ ਇੱਥੇ ਨੰਨਾ ਆਏਗਾ ਫਕੀਰ ਫਕੀਰਨੀ ਮੋਰ ਮੋਰਨੀ ਜਾਦੂਗਰ ਜਾਦੂਗਰਨੀ ਨੰਨਾ ਦਾਦੂਗਰਨੀ ਨਹੀਂ ਸੂਰ ਸੂਰਨੀ ਸੇਵਾਦਾਰ ਸੇਵਾਦਾਰਨੀ ਲੇਖਕ ਲੇਖਕਾ ਅਧਿਆਪਕ ਅਧਿਆਪਿਕਾ ਨਾਇਕ ਨਾਇਕਾ ਪਾਠਕ ਪਾਠਕਾ ਜੇਠ ਜਠਾਣੀ ंडत पंडताणी नौकर नौकराणी मास्टर मास्टराणी सूत सूतड़ी चम चमड़ी बाल बालड़ी ढोल ढोलकी किरला किरली टोला टोली चरखा चरखी बाटा बाटी चाचा चाची घोड़ा घोड़ी सपेरा सपेरन पठियारा ਪਠਿਆਰਨ ਪਸ਼ੋਰੀਆ ਪਸ਼ੋਰਣ ਪਹਾੜੀਆ ਪਹਾੜਨ ਦੁਆਬੀਆ ਦੁਆਬਣ ਕਸ਼ਮੀਰੀਆ ਕਸ਼ਮੀਰਨ ਮਾਲੀ ਮਲਣ ਗਵਾਂਡੀ ਗਵਾਂਡਣ ਤੋਬੀ ਤੋਬਣ ਹੁਣ ਇੱਥੇ ਣਾਣਾ ਆਏਗਾ ਨੰਨਾ ਨਹੀਂ ਪੰਜਾਬੀ ਪੰਜਾਬਣ ਅਰਾਈ ਅਰਾयण ਹਲਵਾਈ ਹਲਵੇਂ ਕਸਾਈ ਕਸੈਣ ਅਗੇ ਹੈ ਘੜਾ ਘੜੀ हथौड़ा हथौड़ी हट हट्टी पहाड़ पहाड़ी ओ उपलिंग जिना स्त्रीलिंग नहीं जिमें सूरज, घो चन तेल दुध मी आदि अजे हो शब्द हैं जि जी बोल के देखिये सूरजी घ्योई चनी तेली दुधी मीही तो ऐ सारे शब्द गलत है ਇਸੇ ਤਰ੍ਹਾਂ ਕੁਝ ਅਜਿਹੇ ਸ਼ਬਦ ਹਨ ਜਿਨ੍ਹਾਂ ਦੇ ਇਸਤਰੀ ਲਿੰਗ ਪੁਲਿੰਗ ਨਹੀਂ ਹੁੰਦੇ ਅੱਗ ਇੱਟ ਸ਼ਾਂਤੀ ਹਵਾ ਕੰਧ ਰੇਤ ਤਾਂ ਇਹ ਜਿਹੜੇ ਹਨ ਜਿਨ੍ਹਾਂ ਦੇ ਪੁਲਿੰਗ ਨਹੀਂ ਹੁੰਦੇ ਸਿਰਫ ਇਸਤਰੀ ਲਿੰਗ ਹੁੰਦੇ ਹਨ ਤਾਂ ਤੁਸੀਂ ਇਹਨਾਂ ਸ਼ਬਦਾਂ ਦਾ ਖਾਸ ਧਿਆਨ ਰੱਖਣਾ ਹੈ ਜਦੋਂ ਤੁਸੀਂ ਵਾਕਾਂ ਵਿੱਚ ਵਰਤੋਂ ਕਰੋਗੇ ਕੁਝ ਅਜਿਹੇ ਵੀ ਸ਼ਬਦ ਹੁੰਦੇ ਹਨ ਜਿਹੜੇ ਲਿੰਗ ਅਤੇ ਪੁਲਿੰਗ ਦੋਹਾਂ ਰੂਪਾਂ ਵਿੱਚ ਹੁੰਦੇ ਹਨ ਪਰ ਉਹਨਾਂ ਦਾ ਅਰਥ ਲੱਗ ਹੁੰਦਾ ਹੈ ਜਿਵੇਂ ਅਰਕ ਅਰਕ ਜਿਹੜਾ ਹੈ ਪੁਲਿੰਗ ਰੂਪ ਔਰ ਅਰਕ ਜਿਹੜਾ ਹੈ ਕੂਣੀ ਇਸਤਰੀ ਲਿੰਗ ਰੂਪ ਦੋਨੋਂ ਸਾਨੂੰ ਇੱਕ ਬਰਾਬਰ ਲੱਗਦੇ ਹਨ ਪਰ ਉਹਨਾਂ ਦਾ ਜਿਹੜਾ ਭਾਵ ਅਰਥ ਹੈ ਉਹ ਵੱਖਰਾ ਹੁੰਦਾ ਹੈ ਜਿਵੇਂ ਮਤ ਪੁਲਿੰਗ ਵਿੱਚ ਧਰਮ ਮਜ਼ਹਬ ਔਰ ਮਤ ਇਸਤਰੀ ਲਿੰਗ ਜਿਵੇਂ ਅਕਲ ਹਨਾ ਸਿਆਣਾ ਔਰ ਮਤ ਪੁਲਿੰਗ ਵਿੱਚ ਜਾਂਚ ਚੱਜ ਤਰੀਕਾ ਤਾਂ ਕੁਝ ਅਜਿਹੇ ਵੀ ਸ਼ਬਦ ਹਨ ਜਿਹੜੇ ਕਿ ਦੋਹਾਂ ਲਿੰਗਾ ਵਿੱਚ ਵਰਤੇ ਜਾਂਦੇ ਹਨ ਪਰ ਉਹਨਾਂ ਦਾ ਭਾਵ ਅਰਥ ਵੱਖਰਾ ਹੁੰਦਾ ਹੈ ਤੁਸੀਂ ਅਜਿਹੇ ਸ਼ਬਦਾਂ ਨੂੰ ਵੀ ਧਿਆਨ ਵਿੱਚ ਰੱਖਣਾ ਹੈ ਇਹਨਾਂ ਦਾ ਬਾਰ ਬਾਰ ਅਭਿਆਸ ਕਰਨਾ ਹੈ ਤੇ ਇਹਨਾਂ ਨੂੰ ਲਿਖ ਕੇ ਯਾਦ ਕਰਨਾ ਹੈ ਧੰਨਵਾਦ